ਖਬਰ ਹੈਗੀ ਹੈ ਜੀ ਹਸਬੰਡ ਵਾਈਫ ਦੀ ਤੇ ਕਿਤੇ ਜਹਾਜ਼ 'ਚ ਸਫ਼ਰ ਕਰ ਰਹੇ ਸੀਗੇ ਤੇ ਰਸਤੇ 'ਚ ਹੀ ਉਹਨਾਂ ਦੀ ਤੂ-ਤੂ ਮਾਮਾ ਹੋ ਗਈ ਲੜਾਈ ਹੋ ਗਈ ਤੇ ਲੜਾਈ ਇੱਥੋਂ ਤੱਕ ਪਹੁੰਚ ਗਈ ਕਿ ਜਹਾਜ਼ ਵਾਲਿਆਂ ਨੂੰ ਆਪਦਾ ਜਹਾਜ਼ ਉਤਾਰ ਕੇ ਤੇ ਉਹਨਾਂ ਨੂੰ ਥੱਲੇ ਲਾਉਣਾ ਪਿਆ ਕੀ ਇਹ ਗੱਲ ਸੱਚਾਈ ਹੈ ਜੀ ਜਾਂ ਕਿਵੇਂ ਹਾਂਜੀ ਬਰਾਦਰ ਸਾਹਿਬ ਸੱਚਾਈ ਹੈ ਜੀ ਜਹਾਜ਼ ਉੱਡਿਆ ਕਿਸੇ ਹੋਰ ਦੇਸ਼ ਤੋਂ ਸੀ ਜਾਣਾ ਉਹਨੇ ਕਿਤੇ ਹੋਰ ਸੀ ਪਰ ਇਹ ਮੀਆਂ ਬੀਵੀ ਦੇ ਚੱਕਰ 'ਚ ਉਹਨਾਂ ਨੂੰ ਇਨ ਬੀਟਵੀਨ ਅ ਮੀਡਲ ਫਲਾਈਟ ਦੇ ਵਿੱਚ ਉਹਨਾਂ ਨੂੰ ਇਹ ਜਹਾਜ਼ ਇੰਡੀਆ ਦੇ ਵਿੱਚ ਲੈਂਡ ਕਰਾਉਣਾ ਪੈ ਗਿਆ ਸੋ ਇਹ ਜਿਹੜਾ ਕਪਲ ਸੀਗਾ ਜਿਹੜਾ ਹਸਬੰਡ ਸੀਗਾ ਉਹ ਜਰਮਨੀ ਦੇ ਨਾਲ ਸਬੰਧਤ ਸੀਗਾ ਵਾਈਫ ਜਿਹੜੀ ਉਹ THAILAND ਦੇ ਨਾਲ ਸਬੰਧਤ ਸੀਗੀ ਤੇ ਇਸ ਫਲਾਈਟ ਦੇ ਦੌਰਾਨ ਇਹਨਾਂ ਦਾ ਕਿਸੇ وجہ ਤੋਂ ਤਕਰਾਰ ਸ਼ੁਰੂ ਹੋ ਗਿਆ ਅਲਟਰਕੇਸ਼ਨ ਕਾਫੀ ਲਾਊਡ ਹੋ ਗਈ ਜਦੋਂ ਰੌਲਾ ਰੱਪਾ ਵੱਧ ਗਿਆ ਤਾਂ ਇਹ ਜਿਹੜੀ ਲਫਤਾਂਸਾ ਵਾਲੀ ਫਲਾਈਟ ਸੀਗੀ ਇਹਦੇ ਵਿੱਚ ਮਾਹੌਲ ਅਨਸਖਮਾ ਜਿਹਾ ਬਣ ਗਿਆ ਇਹ ਇਹ ਜਿਹੜੀ ਫਲਾਈਟ ਸੀਗੀ ਇਹ ਮਿਊਨਿਕ ਤੋਂ ਉੱਡੀ ਸੀ ਜਰਮਨੀ ਤੋਂ ਤੇ ਇਸਨੇ ਬੈਂਕਾਕ ਜਾਣਾ ਸੀਗਾ ਸੋ ਟਕਰਾਰ ਤੋਂ ਬਾਅਦ ਪਾਇਲਟ ਨੇ ਅਲਰਟ ਕੀਤਾ 에ਅਰ ਟ੍ਰੈਫਿਕ ਕੰਟਰੋਲ ਨੂੰ ਪਹਿਲਾਂ ਪਾਕਿਸਤਾਨ ਦੇ 에ਅਰਪੋਰਟ ਤੇ ਗੱਲਬਾਤ ਹੋਈ ਕਿ ਸਾਡੇ ਜਹਾਜ਼ 'ਚ ਮਾਮਲਾ ਵਿਗੜ ਗਿਆ ਤੇ ਇਹ ਨਾ ਹੋਵੇ ਕੁਝ ਮੰਦਪਾਗਾ ਵਾਪਰ ਜਾਵੇ ਤੇ ਅਸੀਂ ਤੁਹਾਡੇ 에ਅਰਪੋਰਟ ਤੇ ਲੈਂਡ ਕਰਨ ਦੀ ਪਰਮਿਸ਼ਨ ਚਾਹੁੰਦੇ ਹਾਂ ਉਹਨਾਂ ਨੇ ਪਰਮਿਸ਼ਨ ਡਿਨਾਈ ਕਰ ਦਿੱਤੀ ਫਿਰ ਤੁਰੰਤ ਪਾਇਲਟ ਨੇ ਦੇਖਿਆ ਕਿ ਅੱਗੇ ਡੈਲੀ ਆ ਰਿਹਾ ਫਿਰ ਉਹਨੇ ਦਿੱਲੀ ਦੇ 에어 ట్రాਫਿਕ ਕੰਟਰੋਲ ਤੋਂ ਪਰਮਿਸ਼ਨ ਮੰਗੀ ਉਹਨਾਂ ਕਹੇ ਕਿ ਭਾਈ ਲੈਂਡ ਕਰ ਲਵੋ ਉੱਥੇ ਜਹਾਜ਼ ਲੈਂਡ ਕਰਵਾਇਆ ਗਿਆ ਤੇ ਲੈਂਡ ਕਰਵਾਉਣ ਤੋਂ ਤੁਰੰਤ ਬਾਅਦ ਉੱਥੇ ਸੀਆਈਐਸਐਫ ਤੇ ਦਿੱਲੀ ਪੁਲਿਸ ਪਹੁੰਚੀ ਉਹਨਾਂ ਨੇ ਇਸ ਬੰਦੇ ਨੂੰ ਅਰੈਸਟ ਕਰ ਲਿਆ ਜਦੋਂ ਅਰੈਸਟ ਕੀਤਾ ਉਦੋਂ ਇਹ ਬੰਦਾ ਝੱਟ ਜਣੀ ਠੰਡਾ ਹੋ ਗਿਆ ਇਹਨੇ ਫਿਰ ਸਿਕਿਉਰਿਟੀ ਤੋਂ ਅਫੀਸ਼ੀਅਲਸ ਕੋਲੋਂ ਮਾਫੀ ਮੰਗੀ ਤੇ ਇਹ ਮੰਨ ਗਿਆ ਕਿ ਹਾਂ ਭਾਈ ਮੈਂ ਮੇਰੀ ਗਲਤੀ ਕਰਕੇ ਇੱਥੇ ਇੱਕ ਤਾਂ ਜਿਹੜੀ ਫਲਾਈਟ ਆ ਉਹ ਹਾਲਟ ਕਰਨੀ ਪਈ ਹੈ ਇੱਥੇ ਰੁਕਣੀ ਪਈ ਹੈ ਇੰਨੇ ਜਿਹੜੇ ਲੋਕ ਆ ਜਿਹੜੇ ਉਹਨਾਂ ਨੂੰ ਪ੍ਰੋਬਲਮ ਆਈ ਹੈ ਉਸ ਤੋਂ ਬਾਅਦ ਫਿਰ ਇਹਨੂੰ ਬੈਂਕੋਕ ਨਹੀਂ ਭੇਜਿਆ ਗਿਆ ਅਰੈਸਟ ਕਰਨ ਤੋਂ ਬਾਅਦ ਇਹ ਪਰਸਨ ਨੂੰ ਜਰਮਨ ਦੀ ਜਿਹੜੀ ਅਥਾਰਟੀ ਸੀਗੀ ਉਹਦੇ ਹਵਾਲੇ ਕਰ ਦਿੱਤਾ ਗਿਆ ਤੇ ਇਹਦੀ ਸਾਰੀ ਕਰਤੂਤ ਉਹਨਾਂ ਦੇ ਨਾਲ ਸ਼ੇਅਰ ਕਰਕੇ ਇਸ ਪਰਸਨ ਨੂੰ ਜਰਮਨੀ ਨੂੰ ਭੇਜ ਦਿੱਤਾ ਗਿਆ ਇਹ ਬਿਲਕੁਲ ਜੇਕਰ ਕੋਈ ਜਹਾਜ਼ ਤੇ ਸਫ਼ਰ ਕਰਦਾ ਤਾਂ ਭਾਈ ਇਸ ਤਰ੍ਹਾਂ ਤੋਂ ਬਚਾਅ ਵੀ ਕਰਨਾ ਚਾਹੀਦਾ ਇੱਕ ਖਬਰ ਹੋਰ ਹੋਈ ਸੀਗੀ ਵੀ ਭਾਈ ਕਹਿੰਦੇ ਜਹਾਜ਼ ਦੇ ਵਿੱਚ ਕੀ ਹੋਇਆ ਵੀ ਪਾਣੀ ਟਪਕਣ ਲੱਗ ਗਿਆ ਤੇ ਤੁਸੀਂ ਜਿਵੇਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਵੀ ਆ ਪਾਣੀ ਤਾਂ ਐ ਰਹੀ ਜਾਂਦਾ ਜਿਵੇਂ ਮੀਂਹ ਪਿਆ ਹੁੰਦਾ ਤੇ ਬੰਦੇ ਤਾਂ ਡਰ ਗਏ ਹੋਣੇ ਵੀ ਅਸੀਂ ਧਰਤੀ ਤੇ ਆ ਕਿ ਅਸਮਾਨ ਤੇ ਆ ਕੀ ਸਾਰੀ ਖਬਰ ਸੀਗੀ ਅ ਬਿਲਕੁਲ ਬਰਾੜ ਸਾਹਿਬ ਇਹ ਪਾਣੀ ਇੱਥੇ ਇਸ ਤਰ੍ਹਾਂ ਟਪਕ ਰਿਹਾ ਜਿਵੇਂ ਉੱਤੇ ਕੋਈ ਮੋਟਰ ਲਾਈ ਹੋਵੇ ਜਾਂ ਉੱਤੇ ਕੋਈ ਟੈਂਕੀ ਭਰਨ ਤੋਂ ਬਾਅਦ ਪਾਣੀ ਟਪਕਣ ਲੱਗ ਪੈਂਦਾ ਪੰਜਾਬ ਦੇ ਵਿੱਚ ਉਹੋ ਜੀ ਹਾਲਤ ਦੀ ਬਣ ਗਈ ਸੀਗੀ ਇਹ ਫਲਾਈਟ ਬਰਾੜ ਸਾਹਿਬ 에어 ਇੰਡੀਆ ਦੀ ਫਲਾਈਟ ਆ ਤੇ ਇਹ ਦਿੱਲੀ ਤੋਂ ਲੰਡਨ ਵੱਲ ਨੂੰ ਜਾ ਰਹੀ ਸੀ ਤੇ ਉਹਦੇ ਕੈਬਨ ਲੀਕ ਦੀ ਜਿਹੜੀ ਖਬਰ ਆ ਉਹ ਚਾਰ ਪਾਸੇ ਫੈਲੀ ਹੋਈ ਆ ਪਾਣੀ ਟਪਕ ਰਿਹਾ ਸਾਰੇ ਪੈਸੇਂਜਰਸ ਪਰੇਸ਼ਾਨ ਹੋ ਗਏ ਤੇ ਹੁਣ ਇਹਦੀਆਂ ਵੀਡੀਓਜ਼ ਥਾਂ ਥਾਂ ਤੇ ਵਾਇਰਲ ਹੋ ਰਹੀਆਂ ਇਹ ਫਲਾਈਟ ਦਿੱਲੀ ਤੋਂ ਲੰਡਨ ਦੇ ਗੈਟਵੇ ਏਅਰਪੋਰਟ ਤੇ ਜਾਣੀ ਸੀਗੀ ਤੇ ਇਹਦੀ ਓਵਰਹੈਡ ਸਟੋਰੇਜ ਆ ਜਿਹੜੀ ਉਹਦੇ ਵਿੱਚੋਂ ਫਲਾਈਟ ਦੇ ਦਰਮਿਆਨ ਪਾਣੀ ਲੀਕ ਹੋਣ ਲੱਗਿਆ ਤੇ ਲੋਕ ਬੜੇ ਪਰੇਸ਼ਾਨ ਵੀ ਹੋ ਗਏ ਕੁਝ ਲੋਕ ਡਰ ਵੀ ਕੇ ਕਿਤੇ ਕੋਈ ਦਰਾਰ ਆ ਗਈ ਹੈ ਕਿਤੇ ਕੋਈ ਕਿਤੇ ਅ ਮੈਨੂਫੈਕਚਰ ਫਾਲਟ ਤਾਂ ਨਹੀਂ ਆ ਗਿਆ ਜਹਾਜ਼ ਦੇ ਵਿੱਚ ਇਹ ਜਿਹੜਾ ਜਹਾਜ਼ ਸੀ ਬਰਾਟ ਸਾਹਿਬ 에어 ਇੰਡੀਆ ਦਾ ਬੋਇੰਗ B787 ਡ੍ਰੀਮ ਲਾਈਨਰ ਜਹਾਜ਼ ਸੀ ਚੰਗਾ ਵਧੀਆ ਜਹਾਜ਼ ਸੀ ਪਰ ਇਦਾਂ ਦੀ ਦਿੱਕਤ ਆ ਗਈ ਇਹਦੇ ਕਰਕੇ ਕਿਤੇ ਨਾ ਕਿਤੇ 에어 ਇੰਡੀਆ ਦੀਆਂ ਸਰਵਿਸਸਸ ਤੇ ਹੌਸਪਿਟੈਲਿਟੀ ਤੇ ਇੱਕ ਵਾਰੀ ਫਿਰ ਤੋਂ ਸ਼ੱਕ ਹੋਇਆ ਜਾਂ ਕਹਿ ਲੋ ਕਿ ਲੋਕਾਂ ਨੇ ਸਵਾਲ ਖੜੇ ਕੀਤੇ ਨੇ ਵੀਡੀਓ ਦੇ ਵਿੱਚ ਇਹ ਵੀ ਦਿਖ ਰਿਹਾ ਕਿ ਕੈਬਨ ਕਰੂ ਐਕਟਿਵਲੀ ਕੰਮ ਕਰ ਰਿਹਾ ਏਸ ਸਿਚੁਏਸ਼ਨ ਨੂੰ ਟੈਕਲ ਕਰਨ ਦੇ ਲਈ ਕੁਝ ਲੋਕ ਪਾਸੇ ਨੂੰ ਹੋ ਕੇ ਬੈਠੇ ਨੇ ਆਪਦੀ ਚਿੰਤਾ ਤੋਂ ਮੁਕਤ ਹੋ ਕੇ ਕਿ ਚਲੋ ਜੋ ਹੋਊਗੀ ਉਹ ਦੇਖੀ ਜਾਊਗੀ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਇਹਦੇ ਵਿੱਚ ਸਹਿਮ ਵੀ ਜਾਂਦੇ ਨੇ ਡਰ ਵੀ ਜਾਂਦੇ ਨੇ ਕਿ ਹੋਰੇ ਕੀ ਵਾਪਰ ਜਾਣਾ ਹੈ ਬਿਲਕੁਲ ਜੀ ਇਹ ਤਾਂ ਹੈ ਵੀ ਜੇਕਰ ਕੋਈ ਇਹ ਤਾਂ ਫਿਰ ਵੀ ਪਾਣੀ ਸੀਗਾ ਪਾਣੀ ਤਾਂ ਚਲੋ ਫਿਰ ਵੀ ਬਹੁਤ ਘੱਟ ਚੀਜ਼ ਹੈ ਵੀ ਹਾਂ ਚਲੋ ਅਲੱਗ ਵੀ ਪਾਣੀ ਤੇ ਵਿੱਚ ਹੀ ਹੁੰਦਾ ਨਾ ਇਸ ਚੀਜ਼ ਦਾ ਪਰ ਜੇਕਰ ਤੇ ਹਵਾ ਹੋਵਾ ਆਉਂਦੀ ਹੁੰਦੀ ਫਿਰ ਤਾਂ ਹੋਰ ਵੀ ਖਤਰਨਾਕ ਵਾਲਾ ਕੰਮ ਹੋ ਸਕਦਾ ਸੀ ਜੇਕਰ ਤੋਂ ਲੀਕੇਜ ਹਵਾ ਦੀ ਹੋ ਜਾਂਦੀ ਹੈ ਕਿਸੇ ਪਾਸੋਂ ਫਿਰੋ ਸ਼ਾਇਦ ਪ੍ਰੈਸ਼ਰ ਦਾ ਦਬਾਅ ਵੱਧ ਜਾਂਦਾ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਲੋਕ ਵੈਸੇ ਵੀ ਅੱਜ ਕੱਲ੍ਹ ਲੋਕ ਪ੍ਰੈਫਰ ਕਰਦੇ ਆ ਵੀ ਬਾਹਰ ਲੀਆਂ ਜਿਹੜੀਆਂ ਹੈਗੀਆਂ 에ਅਰ ਹੈਗਾ ਉਹਨਾਂ ਤੇ 에ਅਰਲਾਈਨ ਹੈਗੀਆਂ ਉਹਨਾਂ ਤੇ ਸਫ਼ਰ ਕੀਤਾ ਜਾਵੇ ਬਿਲਕੁਲ ਬਰਾਟ ਸਾਬ ਜਦੋਂ ਅਗਲਾ ਕਹਿੰਦਾ ਕਿ ਮੈਂ ਪੇ ਬਰਾਬਰ ਕਰਨਾ ਕਿਉਂ ਨਾ ਮੈਂ ਫੈਸਿਲਿਟੀਆਂ ਫੀਚਰਸ ਜਾਂ ਬਦਿਆ ਕਿਸੇ ਚੰਗੀ 에ਅਰਲਾਈਨ ਦੇ ਵਿੱਚ ਟ੍ਰੈਵਲ ਕਰਾਂ ਸੋ ਇਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਆਪਾਂ ਦੁਬਾਰਾ ਆਪਣੀ ਕ੍ਰੈਡਿਬਿਲਟੀ ਬਣਾਉਣੀ ਹੈ ਤਾਂ ਆਪਾਂ ਨੂੰ ਇਹ ਸਾਰੇ ਕਾਸੇ ਦਾ ਧਿਆਨ ਰੱਖਣਾ ਪੈਣਾ। ਇਹ ਤੁਸੀਂ ਜੋ ਜਹਾਜ਼ ਦੇਖ ਰਹੇ ਹੋ ਤੇ ਇਹਦੇ ਜਿਹੜੇ ਟਾਇਰ ਹੈਗੇ ਆ ਇਹ ਅਸਮਾਨ ਵਾਲਾ ਤੇ ਜਿਹੜੇ ਦੇ ਫਾਰ ਹੈਗੇ ਉਹ ਧਰਤੀ ਵਰਨ ਤੇ ਕੰਮ ਉਲਟਾ ਹੋਇਆ ਵਾ ਤੇ ਇਹ ਉਲਟਾ ਕਿਉਂ ਹੋਇਆ? ਉਲਟਾ ਮੋਡੇਸਟੋ ਤੋਂ ਹੀ ਹੋਇਆ ਕੱਲ ਦੀ ਖਬਰ ਹੈ ਇਹ ਜੀ ਤੇ ਕੋਈ ਬੰਦਾ ਸੀਗਾ ਤੇ ਕ੍ਰੈਸ਼ ਹੋ ਗਿਆ ਤੇ ਜਹਾਜ਼ ਕ੍ਰੈਸ਼ ਹੁਣ ਤੇ ਥੱਲੇ ਡਿੱਗ ਪਿਆ। ਤੇ ਡਿੱਗਣ ਤੇ ਫਿਰ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈਗੀ ਹੈ ਤੇ ਬੰਦਾ ਬਚ ਗਿਆ ਜੀ ਕਿਵੇਂ ਹੋਇਆ ਜੀ ਹਾਂਜੀ ਬ੍ਰਾਦਰ ਸਾਹਿਬ ਜਿਹੜਾ ਪਾਇਲਟ ਆ ਉਹਨੂੰ ਮਾਈਨਰ ਇੰਜਰੀਜ਼ ਆਈਆਂ ਪਰ ਉਹ ਬਚ ਗਿਆ ਹੈ ਇਹ ਸਮਾਲ ਪਲੇਨ ਆ ਜਿਹੜਾ ਇਹ ਕ੍ਰੈਸ਼ ਹੋਇਆ ਮਿੰਸਟੂ 에어ਪੋਰਟ ਤੇ ਇਹ ਘਟਨਾ ਵਾਪਰੀ ਹੈ ਤੇ ਇਹ ਕ੍ਰੈਸ਼ 에어ਪੋਰਟ ਦੇ ਰਨਵੇ ਦੇ ਬਿਲਕੁਲ ਨੇੜੇ ਹੋਇਆ ਇਹ ਹਾਦਸਾ ਕੱਲ ਹੋਇਆ ਯਾਨੀ ਕਿ ਟਿਊਜ਼ਡੇ ਮੰਗਲਵਾਰ ਵਾਲੇ ਦਿਨ ਬਾਅਦ ਦੁਪਹਿਰ 3:49 ਮਿੰਟ ਤੇ ਐਗਜ਼ੈਕਟਲੀ ਇਹ ਹਾਦਸਾ ਵਾਪਰਿਆ ਮ ਡਿਸਟ੍ਰਿਕਟ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਉਹਨਾਂ ਦੇ ਅੰਪਲਾਈਜ਼ ਤੁਰੰਤ ਉਸ ਈਨ ਤੇ ਪਹੁੰਚ ਗਏ ਸੀਗੇ ਤੇ ਇਸ ਜਹਾਜ਼ ਦੇ ਵਿੱਚ ਸਿਰਫ ਇੱਕੋ ਹੀ ਪਰਸਨ ਸੀ ਉਹ ਪਾਇਲਟ ਸੀਗਾ ਤੇ ਕ੍ਰੈਸ਼ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਇਆ ਤੇ ਇਹ ਜਿਹੜਾ ਕ੍ਰੈਸ਼ ਆ ਕ੍ਰੈਸ਼ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਤੱਕ ਨੋਟੀਫਾਈ ਕਰ ਦਿੱਤਾ ਗਿਆ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਪਾਇਲਟ ਨੂੰ ਥੋੜੀਆਂ ਬਹੁਤ ਖਰੋਚਾਂ ਆਈਆਂ ਨੇ ਵੈਸੇ ਉਹਨੂੰ ਕੋਈ ਮੇਜਰ ਦਿੱਕਤ ਕੋਈ ਵੀ ਨਹੀਂ ਗਈ ਆਈ ਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇਹ ਵੀ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਕਿ ਇਹ ਇੱਕ ਸਿੰਗਲ ਇੰਜਨ ਵਾਲਾ ਪਲੇਨ ਸੀਗਾ ਜੇ ਬਹੁਤ ਜ਼ਿਆਦਾ ਹਾਈ ਫ্লাই ਕਰ ਰਿਹਾ ਹੁੰਦਾ ਉੱਥੇ ਦਿੱਕਤ ਆ ਜਾਂਦੀ ਤਾਂ ਫਿਰ ਵੱਡਾ ਨੁਕਸਾਨ ਹੋ ਸਕਦਾ ਸੀਗਾ ਕਿਸੇ ਵੱਡੀ ਬਿਲਡਿੰਗ ਤੇ ਵੀ ਡਿੱਗ ਪੈਂਦਾ ਉਹਦਾ ਵੀ ਨੁਕਸਾਨ ਹੋ ਸਕਦਾ ਸੀ ਤੇ ਪਾਇਲਟ ਦਾ ਨੁਕਸਾਨ ਤਾਂ ਹੋਣਾ ਫਿਰ ਤੈਸ ਸੀਗਾ ਇਹ ਬਹੁਤ ਥੋੜੀ ਉਚਾਈ ਤੋਂ ਡਿੱਗਿਆ ਇਸ ਕਰਕੇ ਬਚੇ ਤਰੇ ਕੀ ਹੈ ਦੇਖੋ ਇੱਥੇ ਇੱਕ ਆਮ ਜੀ ਗੱਲ ਹੋ ਜਾਂਦੀ ਹੈ ਵੀ ਬਈ ਕੋਈ ਬੰਦਾ ਜਹਾਜ਼ ਲੈ ਕੇ ਕਿਤੇ ਦੂਜੇ ਸ਼ਹਿਰ ਚ ਜਾਣਾ ਉਹ ਵੀ ਲੈ ਜਾਂਦਾ ਹੈ ਪਰ ਇੱਥੇ ਮੇਰੇ ਦਿਮਾਗ ਦੇ ਵਿੱਚ ਵੀ ਆਇਆ ਵੀ ਭਈ ਤੁਸੀਂ ਤਾਂ ਉਹਦਾ ਲੈ ਕੇ ਜਾ ਵੜਦੇ ਹੋ ਜਿੰਨੇ ਜਾਜਾਂ ਦੀ ਗਿਣਤੀ ਵਧੂਗੀ ਓਨਾ ਕਿਤੇ ਨਾ ਕਿਤੇ ਥਰਡੇ ਲੋਕਾਂ ਦੇ ਵੀ ਖਤਰਾ ਹੁੰਦਾ ਹੁਣ ਕਿਸੇ ਦਾ ਘਾਰ ਆ ਕਿੰਨੇ ਕਿੰਨੇ ਮਿਲੀਅਨ ਦਾ ਘਰ ਹੁੰਦਾ ਤੇ ਕਿਉਂਕਿ ਚਾਂਸ ਤਾਂ ਹਰ ਚੀਜ਼ ਦੇ ਹੈਗੇ ਡਿੱਗਣ ਦੇ ਕ੍ਰੈਸ਼ ਹੋਣ ਤੇ ਤੇ ਉੱਥੇ ਫਿਰ ਕ੍ਰੈਸ਼ ਹੋਣ ਦਾ ਚਾਂਸ ਵੀ ਵੱਧ ਜਾਂਦਾ ਤੇ ਉਹਦੇ ਬਾਰੇ ਵੀ ਦੇਖਣਾ ਚਾਹੀਦਾ ਵੀ ਜੇ ਘੱਟ ਪੈਸਿਆਂ ਵਾਲੇ ਜਾਜਾਂ ਜਾਂ ਇੱਕ ਇੰਜਨ ਵਾਲੇ ਤੇ ਉਹਨਾਂ ਦਾ ਖਤਰਾ ਵੀ ਜ਼ਿਆਦਾ ਹੁੰਦਾ ਹਾਂਜੀ ਬ੍ਰਦਰ ਸਭ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਜਹਾਜ਼ ਆ ਇਹ ਇੱਕ ਕੁਆਲੀਫਾਈਡ ਜਿਹੜਾ ਬੰਦਾ ਨਾ ਉਹਨੂੰ ਹੀ ਮਿਲਦਾ ਉਹਨੂੰ ਪ੍ਰੋਪਰ ਉਹਦੇ ਕੋਲ ਲਾਇਸੈਂਸ ਹੁੰਦਾ ਹੈ ਟ੍ਰੇਨਿੰਗ ਹੁੰਦੀ ਹੈ ਉਹਨੂੰ ਸਾਰਾ ਕੁਝ ਦੱਸਿਆ ਗਿਆ ਹੁੰਦਾ ਹੈ ਇਹ ਵੀ ਉਹਨਾਂ ਨੂੰ ਪਤਾ ਕਿ ਇਨ ਕੇਸ ਉਹਨਾਂ ਨੂੰ ਪਤਾ ਲੱਗੇ ਜਹਾਜ਼ ਦੀ ਹੈਲਥ ਵਿਗੜ ਗਈ ਕਿ ਉਹ ਡਿੱਗ ਸਕਦਾ ਹੈ ਕ੍ਰੈਸ਼ ਕਰ ਸਕਦਾ ਤਾਂ ਉਹਨੂੰ ਕਿਸ ਪਾਸੇ ਨੂੰ ਲੈ ਕੇ ਜਾਣਾ ਕਿਵੇਂ ਇੱਕ ਰਿਮੋਟ ਏਰੀਆ ਦੀ ਪਾਲ ਕਰਨੀ ਹੈ ਇਹ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਬਕਾਇਦਾ ਇਹ ਚੀਜ਼ਾਂ ਸ਼ਾਮਲ ਕੀਤੀਆਂ ਹੁੰਦੀਆਂ ਨੇ ਤੇ ਇਹ ਜਿਹੜੇ ਬਾਕੀ ਤੁਸੀਂ ਗੱਲ ਕਰਦੇ ਹੋ ਕਿ ਜੇ ਤਦਾਦ ਵੱਧਦੀ ਹੈ ਜਹਾਜ਼ਾਂ ਦੀ ਤੇ ਇੱਕ ਜਹਾਜ਼ ਨੇ ਜਦੋਂ ਉਡਣਾ ਉਹਦੇ ਉਡਣਾ ਕਿੱਥੋਂ ਆਉਣਾ ਹੈ ਲੈਂਡ ਕਿੱਥੋਂ ਕਰਨਾ ਇਹ ਸਾਰੇ ਕੁਝ ਦੀ ਉਹਨੂੰ 에ਅ ਟ੍ਰੈਫਿਕ ਯੂਨਿਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਆਪਣੀ ਮਰਜ਼ੀ ਨਾਲ ਕਿਤੇ ਨਹੀਂ ਉਡਾ ਸਕਦਾ ਇਸ ਕਰਕੇ ਤਦਾਦ ਚਾਹੇ ਜਿੰਨੀ ਮਰਜ਼ੀ ਵਾਧੇ ਇਹ ਖਤਰਾ ਨਹੀਂ ਹੁੰਦਾ ਖਤਰਾ ਬਸ ਇਹ ਸੇ ਚੀਜ਼ ਹੈ ਕਿ ਕੱਲ ਨੂੰ ਜੇ ਕਿਸੇ ਸੰਘਣੀ ਵਸੋਂ ਵਾਲੇ ਏਰੀਏ ਤੇ ਡਿੱਗ ਪਿਆ ਆਪਣੇ ਨੁਕਸਾਨ ਦੇ ਨਾਲ ਨਾਲ ਉਹਨਾਂ ਦਾ ਨੁਕਸਾਨ ਨਾ ਕਰ ਦਵੇ ਖਬਰ ਹੈਗੀ ਹੈ ਜੀ ਐਲੇ ਤੋਂ ਕੋਸਕੋ ਤੇ ਬਾਹਰ ਕੋਈ ਲੇਡੀ ਨੇ ਸਮਾਨ ਸਪੂਨ ਖਰੀਦਿਆ ਤੇ ਸਮਾਨ ਖਰੀਦ ਕੇ ਜਦੋਂ ਆਪਣੀ ਗੱਡੀ ਦੇ ਕੋਲੇ ਗਈ ਲੋਡ ਕਰਨ ਲੱਗੀ ਸਮਾਨ ਤਾਂ ਉਹਦੇ ਚ ਉਹਦੇ ਹੱਥ ਚ ਸੀਗਾ ਪਰਸ ਤੇ ਕਿਸੇ ਚੋਰ ਮਚੱਕੇ ਨੇ ਦੇਖਿਆ ਵੀ ਪਰਸ ਹੈਗਾ ਤੇ ਪਰਸ ਨੂੰ ਲੈ ਕੇ ਭੱਜਿਆ ਜਾਵੇ ਤੇ ਪਰਸ ਨੂੰ ਝਮਟ ਪਿਆ ਚੋਰ ਤੇ ਜਦੋਂ ਝਮਟ ਪਿਆ ਤਾਂ ਲੇਡੀ ਨੇ ਕਿਹਾ ਵੀ ਹੁਣ ਮੈਂ ਆਪਦਾ ਪਰਸ ਛੜਵਾ ਲੈਣੀ ਆ ਜਿਆਦਾਤਰ ਕੀ ਹੁੰਦਾ ਵੀ ਕੋਈ ਵੀ ਬੰਦਾ ਦੇਖ ਕੇ ਚੋਰ ਮਚੱਕੇ ਨੂੰ ਆਪਦੀ ਚੀਜ਼ ਛੱਡ ਦਿੰਦਾ ਤੇ ਜਾਂ ਉਹਦੇ ਨਾਲ ਮਾਰਪੀਟ ਕਰਨ ਲੱਗਦਾ ਪਰ ਉਹਨੇ ਛੱਡੀ ਨਹੀਂ ਤੇ ਇੰਟਰਸਟਿੰਗ ਗੱਲ ਇਹ ਹੈ ਵੀ ਉਸ ਚੋਰ ਨੇ ਉਸ ਨੂੰ ਛੱਡਿਆ ਨਹੀਂ ਤੇ 150 ਫੁੱਟ ਤੱਕ ਘੜੀਸਦਾ ਹੋਇਆ ਹੀ ਲੈ ਗਿਆ ਤੇ ਹੁਣ ਹਸਪਤਾਲ ਚ ਕਿੱਥੇ ਹੈਗੇ ਆ ਹਰਸੁਖ ਸਿੰਘ ਜੀ ਉਹਦੇ ਕੀ ਸਾਰੀ ਗੱਲਬਾਤ ਬਣੀ ਹੈ ਹਾਂਜੀ ਬਰਾੜ ਸਾਹਿਬ ਇੱਕ ਹੋਰ ਕ੍ਰਾਈਮ ਦੀ ਖਬਰ ਆਪਾਂ ਕਹਿ ਸਕਦੇ ਆ ਐਲੇ ਤੋਂ ਆ ਰਹੀ ਹੈ ਐਲੇ ਦੇ ਵਿੱਚ ਪਰਸ ਚੋਰੀ ਕਰਨਾ ਹੈ ਚੋਰ ਨੇ ਲੇਡੀ ਨੂੰ ਕਸੀਟਿਆ ਜਿਹੜੀ ਲੇਡੀ ਹੈ ਇਹਦੀ ਉਮਰ 37 ਸਾਲ ਦੱਸੀ ਜਾ ਰਹੀ ਹੈ ਇਹ ਘਟਨਾ ਸੰਡੇ ਨਾਈਟ ਨੂੰ ਵਾਪਰੀ ਹੈ ਐਲ.ਏ ਦੇ ਵਿੱਚ ਇੱਕ ਕੋਸਟਕੋ ਸਟੋਰ ਦੇ ਬਾਹਰ ਇੱਕ ਘਟਨਾ ਵਾਪਰੀ ਹੈ। ਸਾਰੀ ਇਨਫੋਰਮੇਸ਼ਨ ਐਲ.ਏ ਕਾਉਂਟੀ ਸ਼ੈਰਫ ਨੇ ਸਾਂਝੀ ਕੀਤੀ ਹੈ। ਇਹ ਔਰਤ ਆਪਣੀਆਂ ਦੋ ਫਰੈਂਡਸ ਦੇ ਨਾਲ ਆਪਣੀ ਕਾਰ ਦੇ ਵਿੱਚ ਸਮਾਨ ਲੋਡ ਕਰਨ ਲੱਗੀ ਸੀ। ਕੋਸਟਕੋ ਦੇ ਪਾਰਕਿੰਗ ਏਰੀਆ ਦੇ ਵਿੱਚ ਇਹਦੀ ਕਾਰ ਖੜੀ ਹੋਈ ਸੀ। ਜਦੋਂ ਇਹ ਸਮਾਨ ਲੋਡ ਕਰ ਰਹੀ ਸੀ ਅਚਾਨਕ ਇੱਕ ਹੋਰ ਐਸ.ਯੂ.ਵੀ ਆਉਂਦੀ ਹੈ। ਉਹ ਬਿਲਕੁਲ ਨਾਲ ਆ ਕੇ ਪਾਰਕਿੰਗ ਦੇ ਵਿੱਚ ਖਲੋ ਜਾਂਦੀ ਹੈ। ਸਸਪੈਕਟ ਭੱਜ ਕੇ ਬਾਹਰ ਨਿਕਲਦਾ ਤੇ ਪਰਸ ਨੂੰ ਗ੍ਰੈਬ ਕਰਨ ਦੀ ਅਟੈਂਪਟ ਕਰਦਾ। ਇਹ ਵਿਕਟਮ ਪਰਸ ਛੱਡਦੀ ਨਹੀਂ Thief ਉਹਨੂੰ ਪਹਿਲਾਂ ਪੰਜ ਮਾਰਨੇ ਸ਼ੁਰੂ ਕਰਦਾ ਹੈ ਗੁੱਸੇ ਦੇ ਵਿੱਚ ਆ ਕੇ ਤੇ ਫਿਰ ਐਟਲੀਸਟ ਉਹਨੂੰ 50 ਯਾਰਡਸ ਘਟੂ ਘਟ 150 ਫੁੱਟ ਨੂੰ ਡ੍ਰੈਗ ਕਰਦਾ ਹੋਇਆ ਪਾਰਕਿੰਗ ਲੋਟ ਤੋਂ ਹੈਨਓਵਰ ਰੋਡ ਤੱਕ ਲੈ ਜਾਂਦਾ ਜਿੱਥੇ ਇਹ ਡਿੱਗ ਜਾਂਦੀ ਹੈ ਬੁਰੀ ਹਾਲਤ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ ਇਸ ਲੇਡੀ ਨੂੰ ਤੁਰੰਤ ਹੀ ਪਾਮੋਨਾ ਵੈਲੀ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਜਿੱਥੇ ਇਹ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਪਹੁੰਚਦੀ ਹੈ ਵਿਦ ਹੈਡ ਟਰਾਮਾ ਪਰ ਇਹ ਸਰਵਾਈਵ ਕਰ ਗਈ ਹੈ ਤੇ ਇਸ ਨੂੰ ਉਮੀਦ ਇਹੀ ਹੈ ਕਿ ਇਹ ਸਾਰੇ Thief ਫੜੇ ਜਾਣ ਤਾਂ ਕਿ ਹੋਰ ਕਿਸੇ ਨੂੰ ਟਾਰਗੇਟ ਨਾ ਕਰ ਲੇ ਇਹ ਜਿਹੜਾ ਵਾਇਲੈਂਟ ਅਲਟਰਕੇਸ਼ਨ ਹੋਇਆ ਹੈ ਉਹਦੇ ਕਾਰਨ ਲੇਡੀ ਦੇ ਕਾਫੀ ਗੰਭੀਰ ਫੇਸ਼ੀਅਲ ਫ੍ਰੈਕਚਰ ਆਏ ਆ ਇਹਦੇ ਮੂੰਹ ਤੇ ਸੱਟਾਂ ਲੱਗੀਆਂ ਨੇ ਸਾਰੀ ਬੋਡੀ ਤੇ ਛੀਰੀਟਾਂ ਪਈਆਂ ਹੋਈਆਂ ਨੇ ਤੇ ਸਿਰ ਤੇ ਕਾਫੀ ਡੂੰਘੀਆਂ ਸੱਟਾਂ ਨੇ ਤੇ ਬਰਾੜ ਸਾਹਿਬ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਸੀਗਾ ਕੋਸਟ ਕੋ ਸਟੋਰ ਇਹ ਕੋਈ ਸੁੰਨਸਾਨ ਏਰੀਆ ਵਾਲਾ ਨਹੀਂਗਾ ਇਹ ਬਹੁਤ ਬਿਜ਼ੀ ਪਲਾਜ਼ੇ ਦੇ ਵਿੱਚ ਬਣਿਆ ਹੋਇਆ ਤੇ ਸਮਾਂ ਵੀ ਕੋਈ ਬਹੁਤਾ ਲੇਟ ਨਾਈਟ ਨਹੀਂ ਸੀਗਾ ਪਰ ਫਿਰ ਵੀ ਇਹੋ ਜੀ ਘਟਨਾ ਹੋ ਜਾਣੀ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਜੀ ਇੱਥੇ ਇੱਕ ਗੱਲ ਹੋਰ ਆ ਵੀ ਜੇਕਰ ਕੋਈ ਤੁਹਾਡਾ ਪਰਸ ਜਾਂ ਕੋਈ ਚੀਜ਼ ਲੈ ਕੇ ਜਾਂਦਾ ਤਾਂ ਬੰਦਾ ਸੌ ਚੀਜ਼ਾਂ ਹੁੰਦੀਆਂ ਜਿਹੜੀਆਂ ਬਾਅਦ ਚ ਬੰਦੇ ਨੂੰ ਰਿਕਵਰ ਕਰਨ ਦਾ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਸਕਦਾ ਜੇ ਕਿਸੇ ਦਾ ਏਟੀਐਮ ਹੈਗਾ ਤਾਂ ਏਟੀਐਮ ਕਢਾਉਣ ਤੇ ਬਹੁਤ ਟਾਈਮ ਲੱਗ ਸਕਦਾ ਡਰਾਈਵ ਲਾਇਸੈਂਸ ਹੋ ਗਿਆ ਇਵਨ ਕਿ ਕੋਈ ਗ੍ਰੀਨ ਕਾਰਡ ਵੀ ਹੋ ਸਕਦਾ ਹੋਰ ਚੀਜ਼ਾਂ ਹੋ ਸਕਦੀਆਂ ਕੀ ਆਪਾਂ ਨੂੰ ਪਰਸ ਦੇ ਵਿੱਚ ਜਿਹੜੇ ਆਪਣੇ ਜ਼ਰੂਰੀ ਡਾਕੂਮੈਂਟ ਹੁੰਦੇ ਆ ਉਹਨਾਂ ਚੋਂ ਕਿਹੜੇ ਕਿਹੜੇ ਰੱਖਣੇ ਚਾਹੀਦੇ ਆ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਹੋ ਸਕਦਾ ਤੁਸੀਂ ਪਰਸੇ ਕਿਤੇ ਰੱਖ ਕੇ ਭੁੱਲ ਜੋਂ ਜਾਂ ਫਿਰ ਕੋਈ ਹੋਰ ਆਲਟਰਨੇਟਿਵ ਕੋਈ ਤਰੀਕਾ ਹੋਵੇ ਵੀ ਉਸ ਨੂੰ ਆਪਾਂ ਸਮਾਨ ਨੂੰ ਆਪਾਂ ਅਲੱਗ ਥਾਂ ਤੇ ਰੱਖ ਦਈਏ ਸਿਰਫ ਪੈਸਿਆਂ ਵਾਸਤੇ ਵਰਤਿਆ ਜਾਵੇ ਇਹਦੇ ਬਾਰੇ ਡਿਸਕਸ਼ਨ ਹੋਣੀ ਚਾਹੀਦੀ ਕਿਉਂਕਿ ਚੋਰ ਕਿਤੇ ਵੀ ਪੈ ਸਕਦੇ ਆ ਤੇ ਤੁਹਾਡਾ ਸਮਾਨ ਵੈਸੇ ਵੀ ਤੁਸੀਂ ਰੱਖ ਕੇ ਭੁੱਲ ਸਕਦੇ ਮੇਰੇ ਵੀ ਕਈ ਵਾਰੀ ਦਿਮਾਗ 'ਚ ਕੁਐਸਚਨ ਆਇਆ ਜਾਂ ਫਿਰ ਤੁਹਾਡੇ ਪਰਸ ਦੇ ਵਿੱਚ ਕਾਰਡ ਜਰੂਰ ਹੋਣਾ ਚਾਹੀਦਾ ਤੁਹਾਡਾ ਜੇ ਕਿਤੇ ਡਿੱਗ ਕੇ ਕੋਈ ਚੰਗੇ ਬੰਦੇ ਦੇ ਹੱਥ ਲੱਗ ਗਿਆ ਤਾਂ ਤੁਹਾਡਾ ਵਾਪਸ ਵੀ ਕਰ ਸਕੇ ਇਹੀ ਚੀਜ਼ ਹੋਣੀ ਚਾਹੀਦੀ ਜਾਂ ਜਿਹੜੀ ਚਾਬੀ ਹੁੰਦੀ ਹੈ ਚਾਬੀ ਦੇ ਵਿੱਚ ਵੀ ਤੁਹਾਡਾ ਕੋਈ ਨਾ ਕੋਈ ਨੰਬਰ ਵਗੈਰਾ ਲਿਖ ਕੇ ਜਰੂਰ ਪਾਇਆ ਹੋਣਾ ਚਾਹੀਦਾ ਹਾਂਜੀ ਬਰਾਤ ਸਾਹਿਬ ਬਿਲਕੁਲ ਜੇ ਤਾਂ ਆਪਾਂ ਡਾਕੂਮੈਂਟਸ ਦੀ ਗੱਲ ਕਰੀਏ ਦੇਖੋ ਸਾਰੇ ਡਾਕੂਮੈਂਟਸ ਇੰਪੋਰਟੈਂਟ ਹੈ ਸਾਨੂੰ ਡੈਬਿਟ ਕਾਰਡ ਵੀ ਚਾਹੀਦਾ ਹੁੰਦਾ ਕ੍ਰੈਡਿਟ ਕਾਰਡ ਵੀ ਚਾਹੀਦਾ ਹੈ ਫਿਰ ਕਾਰ ਜੇ ਆਪਾਂ ਕਾਰ ਤੇ ਜਾ ਰਹੇ ਹਾਂ ਕਾਰ ਦੇ ਪੇਪਰ ਆਪਣਾ ਡਰਾਈਵਿੰਗ ਲਾਇਸੈਂਸ ਫਿਰ ਆਪਣਾ ਕੋਈ ਵੀ ਆਇਡੈਂਟੀਟੀ ਕਾਰਡ ਇਹ ਸਾਰਾ ਕੁਝ ਆਪਾਂ ਨੂੰ ਕਿਤੇ ਨਾ ਕਿਤੇ ਕੈਰੀ ਤਾਂ ਕਰਨਾ ਪੈਂਦਾ ਪਹਿਲਾਂ ਇੱਕ ਆਮ ਲੋਕਾਂ ਦੇ ਵਿੱਚ ਗੱਲਬਾਤ ਚਰਚਾ ਦੇ ਵਿੱਚ ਰਹਿੰਦੀ ਸੀ ਕਿ ਆਪਣੇ ਜਿਹੜਾ ਪਰਸ ਵਗੈਰਾ ਕੈਸ਼ ਆਪਣੀ ਜੇਬ ਚ ਰੱਖ ਲਓ ਉਹ ਪਰਸ ਵਗੈਰਾ ਨੂੰ ਆਪਣੀ ਗੱਡੀ ਦੇ ਵਿੱਚ ਸੇਫਲੀ ਲੁਕੋ ਕੇ ਚਲੇ ਜਾਓ ਪਰ ਹੁਣ ਇਹ ਨਹੀਂ ਪਤਾ ਹੁੰਦਾ ਕਿ ਜਿੰਨੇ ਨੂੰ ਬੰਦਾ ਕੋਈ ਕੰਮਕਾਰ ਕਰਕੇ ਆਪਦਾ ਵਾਪਸ ਆਉਂਦਾ ਉਹਨਾਂ ਨੂੰ ਉਹਦੀ ਇੱਕ ਵਿੰਡੋ ਥ੍ਰੈਸ਼ ਕੀਤੀ ਪਈ ਹੁੰਦੀ ਹੈ ਉਹਦੇ ਵਿੱਚੋਂ ਸਮਾਨ ਜਿਹੜਾ ਉਹ ਚੋਰੀ ਕੀਤਾ ਹੁੰਦਾ ਸੁ ਕਿਤੇ ਵੀ ਸੇਫ ਨਹੀਂਗਾ ਜੇ ਬੰਦਾ ਹੱਥ ਚ ਫੜ ਕੇ ਲਿਆ ਰਿਹਾ ਤਾ ਨਹੀਂ ਪਤਾ ਕਿ ਕੋਈ ਖੋਣ ਵਾਲਾ ਆ ਜਵੇ ਜਾਂ ਕੋਈ ਗਨ ਪੁਆਇੰਟ ਤੇ ਚੋਰੀ ਕਰ ਲਿਆ ਆਪਾਂ ਕੱਲ ਹੀ ਖਬਰ ਕੀਤੀ ਹੈ ਕਿ ਇੱਕ ਲੇਡੀ ਸੀ ਜਿਹੜੀ ਪੈਸੇ ਕਢਾ ਰਹੀ ਸੀ ਤੇ ਗਨ ਪੁਆਇੰਟ ਤੇ ਚੋਰੀ ਹੋ ਗਈ ਉਹ ਤੋਂ ਸੋ ਬਾਕੀ ਜਿਹੜੀ ਗੱਲਬਾਤ ਆ ਕਿ ਬੰਦਾ ਸਮਾਨ ਉਹਨੂੰ ਰੱਖੇ ਕਿੱਥੇ ਇਹ ਤੇ ਡਿਸਕਸ਼ਨ ਵੀ ਹੋਣੀ ਚਾਹੀਦੀ ਆ ਪਰ ਨਾਲ ਦੀ ਨਾਲ ਜਿਹੜੀ ਵੱਡੀ ਗੱਲਬਾਤ ਉਹ ਇਹੀ ਹੈ ਕਿ ਬੰਦਾ ਆਪਣੇ ਕੰਮਕਾਰ ਤੋਂ ਵੇਲਾ ਹੋ ਕੇ ਕਿਹੜੇ ਵੇਲੇ ਸ਼ਾਪਿੰਗ ਤੇ ਜਾਵੇ ਕਿਹੜੇ ਵੇਲੇ ਉਹ ਕੈਸ਼ ਕਢਾਉਣ ਜਾਵੇ ਇਹ ਹੁਣ ਵੱਡੇ ਸਵਾਲ ਬਣਦੇ ਜਾ ਰਹੇ ਨੇ ਕਿ ਕਈ ਵਾਰ ਤਾਂ ਦਿਨ ਦਿਹਾੜੇ ਇਹੋ ਜਿਹਾ ਕੁਝ ਹੋ ਜਾਂਦਾ ਕਈ ਵਾਰੀ ਸ਼ਾਮ ਦੇ ਹਜੇ 8:00 ਵਜੇ ਹੁੰਦੇ ਆ ਉਦੋਂ ਵੀ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਸੋ ਸੇਫ ਸਮਾਂ ਕਿਹੜਾ ਇਹ ਬੜੇ ਵੱਡੇ ਸਵਾਲ ਪੈਦਾ ਹੋ ਰਹੇ ਨੇ